ਹੈਲੋ ਦੋਸਤੋ ਵੈਲਕਮ ਟੂ आवर YouTube ਚੈਨਲ key.05 ਤੇ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਹੋਗੇ ਤੁਹਾਨੂੰ ਪਤਾ ਹੈ ਕਿ ਆਪਾਂ IIT JEE 994 ਪੋਸਟਾਂ ਨਾਲ ਰਿਲੇਟਡ ਜੋ ਮੈਥ ਦੀ ਸੀਰੀ ਸ਼ੁਰੂ ਕੀਤੀ ਹੈ ਉਸ ਦਾ ਜੋ ਚੈਪਟਰ ਚੱਲ ਰਿਹਾ ਸਰਫੇਸ ਏਰੀਆ ਐਂਡ ਵੋਲੀਅਮ ਉਸ ਦਾ ਅੱਜ ਨੈਕਸਟ ਡੇ ਹੈ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਜੋ ਪਹਿਲਾਂ ਵੀਡੀਓ ਵਿੱਚ ਆਪਾਂ ਅਪਲੋਡ ਕੀਤੀ ਸੀ ਅੱਜ ਆਪਾਂ ਉਹਦੇ ਇੰਪੋਰਟੈਂਟਸ ਰੂਲ ਪੜੇ ਸੀ ਜੋ ਫਾਰਮੂਲੇ ਉਸ ਨਾਲ ਰਿਲੇਟਿਡ ਸੀ ਸਾਰੇ ਠੀਕ ਹੈ ਹੁਣ ਉਸ ਨਾਲ ਰਿਲੇਟਿਡ ਅੱਜ ਆਪਾਂ ਸਮ ਲੈ ਕੇ ਆਏ ਆਂ ਕੁਝ ਆਪਾਂ ਸਮ ਕਰਾਂਗੇ ਠੀਕ ਹੈ ਤੁਸੀਂ ਧਿਆਨ ਨਾਲ ਸਮਝਣਾ ਇਹਨਾਂ ਸਭ ਨੂੰ ਤੇ ਨੋਟ ਵੀ ਕਰਨਾ ਐਗਜ਼ਾਮ ਦੇ ਵਿੱਚ ਇਸ ਨਾਲ ਰਿਲੇਟਿਡ ਸਮ ਆਣਗੇ ਠੀਕ ਹੈ ਜੋ ਆਏ ਉਹ ਵੀ ਵਿੱਚ ਆਪਾਂ ਇਨਕਲੂਡ ਕੀਤੇ ਸਮ ਸੋ ਤੁਸੀਂ ਧਿਆਨ ਨਾਲ ਸਮਝਣਾ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਪਲੀਜ਼ ਤੁਸੀਂ ਇਹ ਵੀਡੀਓ ਦੇਖਣੀ ਤੇ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤਾਈ ਤਾਂ ਜੋ ਉਹਨਾਂ ਨੂੰ ਵੀ ਇਸ ਵੀਡੀਓ ਦਾ ਬੈਨੀਫਿਟ ਮਿਲ ਸਕੇ ਠੀਕ ਹੈ ਅੱਜ ਆਪਣਾ ਸਰਫੇਸ ਏਰੀਆ ਐਂਡ ਵੋਲਿਊਮਸ ਇਨ ਇੰਪੋਰਟੈਂਟ ਐਮਸੀਕਿਊਜ਼ ਕਰਾਂਗੇ ਠੀਕ ਹੈ ਜੋ ਆਪਣੀ ਆਈਟਿਟੀ ਕੈਡਨਾਰਸ 94 ਬੋਸਟਾ ਨਾਲ ਰਿਲੇਟਡ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਪਹਿਲਾ ਸਵਾਲ ਦੇਖੋ ਕੀ ਲਿਖਿਆ ਸਵਾਲ ਦੇ ਵਿੱਚ कहने ये प्लास्टिक बॉक्स है ठीक है आने कोई के प्लास्टिक प्लास्टिक बॉक्स है ठीक है जो कि एक पॉइंट फाइव मीटर लोंग है एंड वन पॉइंट टू फाइव मीटर वाइड है सिक्सटी फाइव सेंटीमीटर हम इतना देखो यूनिट्स चेक करने इतने मीटर है इधर ही मीटर इत सेंटीमीटर है ठीक है ये चेक करने हैं कि एक बॉक्स है जिंद कि अपने कोल दी लैंथ मीनस ठीक है एल कि दीती है

वन पॉइंट टू फाइव मीटर हूँ देखो अपने को सिक्सटी फाइव सेंटीमीटर डीप एच दिती है हूँ अपने को सेंटीमीटर जो मीटर चेंज कराँगे आप करेंगे हंडर्ड ना डिवाइड सो इस करके पॉइंट अपने को आ जाएगा जीरो जेकर एच की गल करा तो एच अपने को आ जाएगा 0.65 ਮੀਟਰ ਠੀਕ ਹੈ ਇਹ ਆਪਣੇ ਕੋ ਡਾਈਮੈਂਸ਼ਨਸ ਹੋ ਗਈਆਂ ਦੀਆਂ ਡੀਪ ਇਜ਼ ਟੂ ਬੀ ਮੇਡ ਇਸ ਡਾਈਮੈਂਸ਼ਨਸ ਦਾ ਇਹ ਬਣਿਆ ਹੋਇਆ ਠੀਕ ਹੈ ਕਹਿੰਦਾ ਇਟ ਇਜ਼ ਟੂ ਬੀ ਓਪਨ ਐਟ ਦਾ ਟਾਪ ਹੋਣੇ ਚੀਜ਼ ਦਾ ਤੁਸੀਂ ਆ ਸਟੇਟਮੈਂਟ ਧਿਆਨ ਰੱਖਣੀ ਹੈ ਇਹ ਕਹਿੰਦਾ ਇਹ ਉੱਪਰ ਤੋਂ ਜਿਹੜਾ ਕੀ ਹੈ ਓਪਨ ਹੈਗਾ ਮਤਲਬ ਉੱਪਰ ਇਹਦੇ ਕੋਈ ਵੀ ਕੁਝ ਵੀ ਨਹੀਂ ਲੱਗਿਆ ਠੀਕ ਹੈ ਉੱਪਰ ਜੋ ਇਹਦੇ ਜਿਹੜੀ ਸਾਈਡ ਲੱਗਣਾ ਸੀ ਜੋ ਵੀ ਇਹਦੀ ਡਾਈਮੈਂਸ਼ਨਸ ਹੋਣੀ ਸੀ ਉਹ ਨਹੀਂ ਹੈਗੀ ਠੀਕ ਹੈ ਇਟ ਇਜ਼ to be open at the top ignoring the thickness of the plastic epoxy determine karna da area of the sheets required to make the box man lo appan nu area chahiye da area of sheets oh sheets chahiye da us sheet da kinna area hai ki je appan nu box banon de vich help kar sake theek hai hun box dekho kis type hai ek cuboidal box hai theek hai cuboid type theek hai te appan nu main taan cuboid da area surface area cuboid hai. ਕਰਵਾਇਆ ਸੀ ਠੀਕ ਹੈ ਬਟ ਇਹਦੇ ਵਿੱਚ ਇਹ ਹੋ ਹੈਗਾ ਸੀ 2 LB ਠੀਕ ਹੈ BH HL ਠੀਕ ਹੈ ਉਹ ਸੀ ਬਟ ਉਹ ਕਹਿੰਦਾ ਓਪਨ ਇਟ ਟੂ ਬੀ ਓਪਨ ਐਟ ਦਾ ਟੋਪ ਟੋਪ ਤੋਂ ਓਪਨ ਹੈ ਠੀਕ ਹੈ ਜੇਕਰ ਟੋਪ ਤੋਂ ਓਪਨ ਹੈ ਤੇ ਇਟ ਮੀਨ ਕਿ ਇਸ ਇੰਦੀ ਜਿਹੜੀ ਉੱਪਰ ਵਾਲੀ ਸਾਈਡ ਤਾਂ ਹੈ ਹੀ ਨਹੀਂਗੀ ਠੀਕ ਹੈ ਉੱਪਰ ਵਾਲੀ ਸਾਈਡ ਤਾਂ ਇੱਕ ਹੈ ਨਹੀਂ ਹੋਣੀ ਇਹਦਾ ਫਾਰਮੂਲਾ ਬਣੇਗਾ ਜੀ ਤੁਸੀਂ ਦੇਖੋ ਇਹਦਾ ਫਾਰਮੂਲਾ ਬਣੇਗਾ ਆਪਣੇ ਕੋਲ द एरिया ऑफ शीट रिक्वायर टू मेकिंग द बॉक्स इंदा हम की बनेगा एरिया यहाँ फॉर्मूला तो नोट करो टू अपने मिलेगा एल एच एक टू लेंथ प्लस टू हाइट हो गया टू इन दी बी एंड एच होगी प्लस बट इंदी जी लेंथ एक रहेगी ठीक है तीसरे नंबर वाली तो इंदी ब्रेथ भी ਬੀ ਵੀ ਇੱਕ ਰਹੇਗੀ ਠੀਕ ਹੈ ਕਿਉਂਕਿ ਉੱਪਰ ਵਾਲਾ ਜਿਹੜਾ ਕੀ ਹੈ ਉਹ ਓਪਨ ਹੈ ਠੀਕ ਹੈ ਤੇ ਉਹਦੀ ਜਿਹੜੀ ਉੱਪਰ ਵਾਲੀ ਓਪਨ ਹੈ ਜੇਕਰ ਬਾਕਸ ਤੇ ਉਹਦੀ ਇੱਕ ਲੈਂਥ ਤੇ ਬ੍ਰੈਥ ਹੁੰਦੀ ਕੀ ਸਾਈਡ ਵਾਲੀ ਕੱਟ ਜਾਏਗੀ ਠੀਕ ਹੈ ਹਾਈਟ ਤਾਂ ਹੁੰਦੀ ਨਹੀਂ ਉੱਪਰ ਵਾਲੇ ਦੀ ਉੱਪਰ ਜੇਕਰ ਸ਼ੀਟ ਆਪਾਂ ਟੱਕਣ ਜੇ ਖੋਲਾਂਗੇ ਉਹਦੀ ਹਾਈਟ ਥੋੜਾ ਆਏਗੀ ਠੀਕ ਹੈ ਉਹਦੀ ਇੱਕ ਲੈਂਥ ਤੇ ਬ੍ਰੈਥ ਹੋਏਗੀ ਠੀਕ ਹੈ ਉਹ ਇੱਕ ਗਿਨਾਂਗੇ ਦੂਸਰੀ ਤਾਂ ਕੀ ਹੋ ਜਾਏਗੀ ਉਹ ਕਿਉਂਕਿ ਜਦੋਂ ਉੱਪਰ ਉਹਦੇ ਸ਼ੀਟ ਲੱਗੀ ਹੀ ਲਾਉਣੀ ਨਹੀਂ ਲਾਉਣੀ ਨਹੀਂ ਤਾਂ ਆਪਾਂ ਫਿਰ ਉਹਦਾ ਕੀ ਆਪਾਂ ਦੂ ਵਾਰੀ ਨਹੀਂ ਇੱਕ ਵਾਰੀ ਇਨਕਲੂਡ ਕਰਾਂਗੇ ਠੀਕ ਹੈ ਏਰੀਆ ਆਫ ਬਾਕਸ ਬਾਕਸ ਦਾ ਠੀਕ ਹੈ ਬਾਕਸ ਇੱਕ ਕਵਾਈਡ ਟਾਈਪ ਹੈ ਤਾਂ ਆਪਾਂ ਕਵਾਈਡਲਾਈਜ ਤੇ ਕੀ ਫਾਰਮੂਲਾ ਲਗਾਉਣਾ ਹੁਣ ਇਹਦੀ ਵੈਲਿਊਜ਼ ਪੁੱਟ ਕਰਨੀਆਂ ਆਪਾਂ ਦੇਖੋ ਕਿਵੇਂ ਕਰਾਂਗੇ ਵੈਲਿਊ ਪੁੱਟ 2 ਆਪਣੇ ਕੋਲ ਐਲ ਕਿੰਨਾ ਹੈ ਠੀਕ ਹੈ ਐਲ ਲਾਵਾਂਗੇ ਐਲ ਕਿੰਨਾ ਆਪਣੇ ਕੋਲ 1.5 ਮੀਟਰ 1.5 ਠੀਕ ਹੈ बी एच कि अपने को एच है अपने को वन पॉइंट एच देखो कि इंटर एच हाइट आ रही डीप जो ना ये है जीरो पॉइंट सिक्स फाइव अपने को एच है ठीक है जीरो पॉइंट सिक्स फाइव ठीक है फिर प्लस का साइन टू इंटू बी कि अपने को बी अपने को लगी वन पॉइंट टू फाइव ठीक है और अपने को एच कि होगी जीरो पॉइंट सिक्स फाइव फिर एल रहने को एल कि होगी फिर वन पॉइंट फाइव ठीक है इंटू फिर B भी कि वन पॉइंट आप लिख लगे वन पॉइंट टू फाइव ठीक है ਇਹ ਸਾਰੀ ਆਪਣੇ ਕੋਲ ਡਾਈਮੈਂਸ਼ਨਸ ਹੋ ਗਿਆ ਹੁਣ ਇਹਨੂੰ ਆਪਾਂ ਸੋਲਵ ਕਰਾਂਗੇ ਠੀਕ ਹੈ ਹੁਣ ਜੇਕਰ ਆਪਾਂ 1.5 ਨੂੰ 0.65 ਨਾਲ ਸੋਲਵ 2 ਨਾਲ ਮਲਟੀਪਲਾਈ ਕਰਕੇ ਇਹਦਾ ਆਨਸਰ ਕੱਢਾਂਗੇ ਤਾਂ ਆਪਣੇ ਕੋਲ ਇਹਦਾ ਆਨਸਰ ਆ ਜਾਏਗਾ ਤੁਸੀਂ ਸੋਲਵ ਕਰਨਾ ਇਹਨੂੰ ਠੀਕ ਹੈ ਇਹਦਾ ਆਨਸਰ ਆ ਜਾਏਗਾ 1 1.95 ठीक है फिर दूसरी आप दूसरी डिमेंशन सोलव करा टू इंटू वन पॉइंट टू फाइव इंटू जीरो पॉइंट सिक्स फाइव न इंधा आ जाएगा अपने को वन पॉइंट वन पॉइंट सिक्स टू फाइव ठीक है ओके फिर अगली अपनी डिमेंशन सोल्व करा उनका आंसर आ जाएगा वन पॉइंट एट सैवन फाइव मीटर स्केयर ठीक है इना हो जाएगा हम जो इन आप एड करा सारे अपना हम ऐड करना ना इन्हों एड करा फाइव फाइव टेन त फाइव फिफ्टीन फाइव ठीक है वन कैरी कर लेंगे ठीक है सैवन थ वन एट टू टेन <coughs> इन पॉइंट के अकॉर्डिंग आप लगा ठीक है इन जो तो सोल्व करा आप देखो वन पॉइंट नाइन फाइव हम देखो इतना दे वन पॉइंट सिक्स टू फाइव इस टाइप ना ठीक है फिर आप जेकर लगावे इधर दे देखो वन पॉइंट एट सैवन फाइव ओके इस जो इन ऐड करेंगे फाइव फाइव टेन जीरो वन ठीक है सैवन टू नाइन टू वन टेन टू फिफ्टीन फाइव फेयर वन कैरी टेन तो सिक्स कि सिक्सटीन वन ट्वेंटी फोर एट विचार टू थ्री तो टू आप किए फाइव ठीक है कि आ जाएगा फिर अपने कोल फाइव पॉइंट फोर फाइव मीटर स्केयर आंसर आ जाएगा ਬਸ ਕੀ ਹੈ ਮੈਨ ਕੀ ਫਾਰਮੂਲਾ ਹੈ ਹੁਣ ਮੈਂ ਇਹ ਸਮ ਟਫ ਕਿਉਂ ਲੈ ਕੇ ਆਇਆ ਪਹਿਲਾ ਕਿਉਂਕਿ ਤੁਸੀ ਕੀ ਕਰਨਾ ਸੀ ਸਿੱਧਾ ਡਾਇਰੈਕਟ ਫਾਰਮੂਲਾ ਲਗਾ ਦੇਣਾ ਸੀ ਇਸ ਚੀਜ਼ ਨੂੰ ਤੁਸੀ ਪੂਰੀ ਸਟੇਟਮੈਂਟ ਨੂੰ ਨਹੀਂ ਦੇਖਣਾ ਸੀ ਇਟ ਟੂ ਬੀ ਓਪਨ ਐਟ ਦਾ ਟੋਪ ਟੋਪ ਤਾਂ ਓਪਨ ਹੈ ਤੇ ਉੱਪਰ ਵਾਲੀ ਜਿਹੜੀ ਡਾਈਮੈਂਸ਼ਨਸ ਹੈ ਨਾ ਉਹ ਆਪਾਂ ਉਹ ਸਾਬ ਨਾਲ ਲੈਣੀ ਕਿ ਉੱਪਰ ਵਾਲੀ ਡਾਈਮੈਂਸ਼ਨਸ ਤਾਂ ਲੈਣੀ ਨੇ ਉੱਪਰ ਉਹਨਦੇ ਕੁਝ ਵੀ ਸ਼ੀਟ ਨਹੀਂ ਲੱਗੀ ਹੈ ਇਸ ਕਰਕੇ ਇੱਕ ਲੈਂਥ ਤੇ ਇੱਕ ਹੀ ਬ੍ਰੈਥ ਲਾਵਾਂਗੇ ਆਪਾਂ ਠੀਕ ਹੈ ਓਕੇ ਬਾਕੀ ਸਾਰੇ ਟੂ ਟੂ ਵੈਸੇ ਆਪਣੇ ਕੋਲ ਫਾਰਮੂਲਾ ਤਾਂ ਹੁੰਦਾ 2 LB BH ਅਲਬੀ ਟੂ ਕਾਮਨ ਕੱਢ ਲੈਣਾ ਸਾਰੇ ਵਿੱਚੋਂ ਬਟ ਇਨ ਦਾ ਟੂ ਡਾਈਮੈਂਸ਼ਨਸ ਦੇ ਨਾਲ ਹੀ ਆਈਨਾ ਟੂ ਟੂ ਲੱਗੇਗਾ ਕਿਉਂਕਿ ਤੀਸਰੀ ਡਾਈਮੈਂਸ਼ਨਸ ਹੁੰਦੇ ਜੋ ਉੱਪਰ ਵਾਲੀ ਹੁੰਦੀ ਇੱਕ ਲੈਂਥ ਰਿਫਰ ਸਿੰਗਲ ਦਿੱਤੀ ਹੋਈ ਹੈ ਠੀਕ ਹੈ ਤੇ ਉੱਪਰੋਂ ਓਪਨ ਹੈ ਇਸੇ ਕਰਕੇ ਆਪਾਂ ਇਹਦਾ ਇਹਨੂੰ ਧਿਆਨ ਨਾਲ ਕਰਨਾ ਠੀਕ ਹੈ ਬਸ ਸੋਲਵ ਵੀ ਕਰਨਾ ਫਾਰਮੂਲਾ ਲਗਾ ਕੇ ਕੈਲਕੂਲੇਸ਼ਨ ਕਰਨੀ ਕੈਲਕੂਲੇਸ਼ਨ ਤਾਂਨੂੰ ਸਾਰਿਆਂ ਨੂੰ ਜੇ ਨਹੀਂ ਆਉਂਦੀ ਤਾਂ ਸਿੱਖੋ ਇਹਨੂੰ ਫਾਸਟ ਕੈਲਕੂਲੇਸ਼ਨ ਸਿੱਖਣੀ ਪੈਣੀ ਠੀਕ ਹੈ ਤਾਂ ਜੋ ਐਗਜ਼ਾਮ ਦੇ ਵਿੱਚ ਜਲਦੀ ਤੋਂ ਜਲਦੀ ਆਪਾਂ ਸਭ ਕੰਪਲੀਟ ਕਰ ਸਕੀਏ ਉਹਦੇ ਤੇ ਟਾਈਮ ਦੀ ਸ਼ਾਰਟੇਜ ਹੁੰਦੀ ਮੈਥ ਦੇ ਵਿੱਚ ਅਗਲਾ ਸਵਾਲ ਦੇਖੋ ਅਗਲਾ ਸਵਾਲ ਕੀ ਕਹਿੰਦਾ ਹੈ ਕਿੰਨਾ ਦਾ ਪੇਂਟ ਇਨ ਅ ਸਰਟਨ ਕੰਟੇਨਰ ਇਸ ਸਫੀਸ਼ੀਐਂਟ ਟੂ ਪੇਂਟ ਐਨ ਏਰੀਆ ਇਕੁਅਲ ਟੂ 9.375 ਮੀਟਰ ਸਕੇ ਹੁਣ ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਕਹਿੰਦਾ ਇੱਕ ਪੇਂਟ ਹੈਗਾ ਹੁਣ ਇਹ ਪੇਂਟ ਹੈ ਇਨ ਅ ਸਰਟਨ ਕੰਟੇਨਰ ਦੇ ਵਿੱਚ ਇੱਕ ਪੇਂਟ ਹੈਗਾ ਜਿਹੜਾ ਕਿ ਸਫੀਸ਼ੀਐਂਟ ਹੈ ਪੇਂਟ ਕਰਨ ਦੇ ਲਈ ਇਸ ਏਰੀਆ ਦੇ ਇਕੁਅਲ ਜੋ ਵੈਲਿਊ ਆਏਗੀ ਜੇ ਇੰਨਾ ਏਰੀਆ ਆਪਣੇ ਕੋਲ ਹੈਗਾ 9.375 ਤੇ ਇੱਕ ਕੰਟੇਨਰ ਇੰਨੇ ਏਰੀਆ ਨੂੰ ਪੇਂਟ ਕਰ ਦੇਗਾ ਅੱਗੇ ਕਹਿੰਦਾ ਹਾਊ ਮੈਨੀ ਬ੍ਰਿਕਸ ਆਫ ਡਾਈਮੈਂਸ਼ਨਸ ਜਿਹੜੀ ਹਾਊ ਮੈਨੀ ਕਿੰਨੀਆਂ ਬ੍ਰਿਕਸ ਕਿਸ ਡਾਈਮੈਂਸ਼ਨਸ ਦੀਆਂ 22.5 ਸੈਂਟੀਮੀਟਰ 10 ਸੈਂਟੀਮੀਟਰ 7.5 ਕੈਨ ਬੀ ਪੇਂਟਡ ਆਊਟ ਆਫ ਥਿਸ ਕੰਟੇਨਰ ਕੈਨ ਦਾ ਮਤਲਬ ਹੈ ਕਿ ਕਿੰਨੀਆਂ ਬ੍ਰਿਕਸ ਇਸ ਡਾਈਮੈਂਸ਼ਨਸ ਦੇ ਨਾਲ ਪੇਂਟ ਹੋ ਸਕਣਗੀਆਂ हूँ की करना है तुम्हें सब तो पहला की करना है टोटल सरफेस एरिया ऑफ ब्रिक्स कड़ना है ठीक है की कड़ना है टोटल टोटल सरफेस एरिया ऑफ ब्रिक्स ठीक है ब्रिक्स का ठीक है वह अपन पता की हूं ब्रिक्स किस टाइप कबोइड टाइप की तो आप फार्मूला ला दो क्वाइड ठीक है एल बी बी एच एच एल ला ठीक है ये फार्मूला ला दो अपने हूँ की है डिमैनशन आप डिमैनशन की वैल्यू पुट कर दो बस टू एल बी किन्ना ट्वेंटी टू पॉइंट फाइव ठीक है इनटू टेन ਪਲੱਸ ਫਿਰ ਕੀ ਹੈ 10 7.5 ਓਕੇ ਫਿਰ ਕੀ ਹੈ ਪਲੱਸ 7. 5, okay. 7 .5 20 .5. फार्मुला, फार्मुला है। है? .5 2.5 ਬਸ ਵੈਲਿਊ ਪੁੱਟ ਕਰਨੀ ਹੈ ਜੇ ਤੁਹਾਨੂੰ ਫਾਰਮੂਲਾ ਸਾਰਾ ਫਾਰਮੂਲੇ ਦੀ ਗੇਮ ਹੈ ਠੀਕ ਹੈ ਹੁਣ ਦੇਖੋ ਜੇਕਰ 22.5 ਨੂੰ 10 ਨਾਲ ਮਲਟੀਪਲਾਈ ਕਰਾਂਗੇ 225 ਆ ਜਾਏਗਾ 10 10 ਕੈਨਸਲ ਆਊਟ ਹੋ ਜਾਏਗਾ ਕਿਉਂਕਿ 5.2 ਨੂੰ ਨੀਚੇ ਰਿਮੂਵ ਕਰਕੇ 10 ਲਾਵਾਂਗੇ 10 ਐਂਡ 10 ਕੈਨਸਲ ਆਊਟ ਉਵੇਂ ਹੀ 7.5 ਨੂੰ 10 ਨਾਲ ਕਰਾਂਗੇ 75 ਆ ਜਾਏਗਾ ਦੇਖੋ ਕਿੰਨੀ ਸੌਖੀ ਕੈਲਕੂਲੇਸ਼ਨ ਹੋ ਗਈ ਠੀਕ ਹੈ ਜਦੋਂ ਇਹਨਾਂ ਦੋਨਾਂ ਨੂੰ ਮਲਟੀਪਲਾਈਂਗ ਆ 168. ਆ 168.75 ਆਪਣੇ ਕੋਲ ਆ ਜਾਏਗਾ ਆਨਸਰ ਠੀਕ ਹੈ ਹੁਣ ਸਾਰੇ ਨੂੰ ਜਦੋਂ ਆਪਾਂ ਇਹਨੂੰ ਐਡ ਕਰਾਂਗੇ ਤੇ ਆਪਣੇ ਕੋਲ ਕਿੰਨਾ ਆ ਜਾਏਗਾ ਦੇਖੋ ਆ ਤਾਂ ਬਣ ਗਿਆ 300 ਤੇ ਵਿੱਚ 168 468 7.5 ਠੀਕ ਹੈ ਜਦ ਇਹਨੂੰ ਮਲਟੀਪਲਾਈ ਕਰਾਂਗੇ ਦੇਖੋ ਜਦ ਇਹਨੂੰ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਏਗਾ 9 3 7.5 ਠੀਕ ਹੈ ਕੀ ਆ ਜਾਏਗਾ ਇਹ ਆਪਣੇ ਕੋਲ ਇਹ ਡਾਈਮੈਂਸ਼ਨਸ ਆ ਲਈ ਸੈਂਟੀਮੀਟਰ ਸਕਰ ਦੇ ਵਿੱਚ ਹੁਣ ਦੇਖੋ ਇਹ ਡਾਈਮੈਂਸ਼ਨਸ ਹੈਗੇ ਸੀ ਆਪਣੇ ਕੋਲ ਸੈਂਟੀਮੀਟਰ ਸਕਰ ਦੇ ਵਿੱਚ ਇਹ ਆ ਗਈ ਆਪਣੇ ਕੋਲ ਬ੍ਰਿਕਸ ਦੀ ਓਕੇ ਇੱਕ ਬ੍ਰਿਕਸ ਦੀ ਡਾਈਮੈਂਸ਼ਨਸ ਇੰਨੀ ਹੈ ਹੁਣ ਉਹ ਕਹਿੰਦਾ ਇੱਕ ਬ੍ਰਿਕਸ ਦੀ ਡਾਈਮੈਂਸ਼ਨਸ ਇੰਨੀ ਹੈ ਪੇਂਟ ਕਿੰਨੀ ਡਾਈਮੈਂਸ਼ਨਸ ਨੂੰ ਸਫੀਸ਼ੀਐਂਟ ਕਰਨ ਦੇ ਲਈ ਉਹ ਹੈਗਾ 9.375 ਮੀਟਰ ਸਕੇਅਰ ਠੀਕ ਹੈ ਪਹਿਲਾਂ ਤੁਸੀਂ ਐ ਕਰੋ ਤੁਹਾਨੂੰ ਡਾਇਰੈਕਟ ਇਹ ਮੀਟਰ ਸਕੇਅਰ ਹੈ ਨਾ ਇਹਨੂੰ ਐ ਕਰੋ ਤੁਸੀਂ ਸੈਂਟੀਮੀਟਰ ਦੇ ਵਿੱਚ ਚੇਂਜ ਕਰੋਗੇ ਠੀਕ ਹੈ ਸੈਂਟੀਮੀਟਰ ਵਿੱਚ ਕਿਵੇਂ ਚੇਂਜ ਕਰੋਗੇ ਪੇਂਟ ਨੂੰ ਜਿਹੜਾ ਜਿਹੜਾ ਕਿ ਕੰਟੇਨਰ ਦੇ ਵਿੱਚ ਪੇਂਟ ਹੈ ਨਾ ਉਹਨੂੰ ਆਪਾਂ ਕਿ ਤੁਸੀਂ ਕੀ ਕਰੋਗੇ ਸੈਂਟੀਮੀਟਰ ਵਿੱਚ ਚੇਂਜ ਕਰੋਗੇ ਉਹ ਕਿੰਨਾ 9. 375 ਹੈ ਨਾ ਇਹਨੂੰ ਆਪਾਂ ਕੀ ਸੈਂਟੀਮੀਟਰ ਚ ਚੇਂਜ ਕਰਾਂਗੇ ਸੈਂਟੀਮੀਟਰ ਜੀ 1 ਸੈਂਟੀਮੀਟਰ 1 ਮੀਟਰ 100 ਸੈਂਟੀਮੀਟਰ ਉਹ ਸੈਂਟੀਮੀਟਰ ਦਾ ਸਕੁਅਰ ਹੈ ਮੀਟਰ ਦਾ ਸਕੁਅਰ ਹੈ ਤੇ ਆਪਾਂ ਕੀ ਕਰਾਂਗੇ 1000 ਨਾਲ ਮਲਟੀਪਲਾਈ ਕਿਉਂਕਿ ਦੋ ਵਾਰ ਹੀ ਨਾ ਸੈਂਟੀਮੀਟਰ ਸੈਂਟੀਮੀਟਰ ਦੋ ਵਾਰ ਸੈਂਟੀਮੀਟਰ ਦਾ ਸਕੁਅਰ ਹੈ 1 ਸੈਂਟੀਮੀਟਰ 100 ਦੇ ਵਿੱਚ ਤੇ ਦੋ ਕਿੰਨੇ ਹੋਣਗੇ 1000 ਹੋ ਜਾਏਗਾ ਆ ਨੀਚੇ ਜਿਹੜਾ 10 ਨੂੰ ਰਿਮੂਵ ਕਰਕੇ ਮਲਟੀਪਲਾਈ ਨੂੰ 1000 ਲਗਾਤਾ ਹੁਣ ਦੇਖੋ ਤੇਂ 0 ਨੂੰ ਤੇਂ 0 ਕੈਨਸਲ ਆਊਟ ਕਿੰਨਾ ਰਹਿ ਗਿਆ ਆਪਣੇ ਕੋਲ ਠੀਕ ਹੈ ਆਪਾਂ ਕੀ ਕਰਨੀ ਆ ਹੁਣ ਬ੍ਰਿਕਸ ਦਾ ਕਿੰਨੀਆਂ ਬ੍ਰਿਕਸ ਹਨ ਗਿਆ ਬ੍ਰਿਕਸ ਦਾ ਏਰੀਆ ਨੂੰ ਜਿਹੜਾ ਟੋਟਲ ਕੰਟੇਨਰ ਦੇ ਵਿੱਚ ਪੇਂਟ ਹੈਗਾ ਉਹਦੇ ਏਰੀਆ ਨੂੰ ਜੇਕਰ ਬ੍ਰਿਕਸ ਦੇ ਏਰੀਆ ਨਾਲ ਲੈਟ ਕਰ ਲੋ ਨੰਬਰ ਆਫ ਬ੍ਰਿਕਸ ਐਨ ਹੈ ਠੀਕ ਹੈ ਦੇਖ ਆ ਵੀ ਮੀਟਰ ਹੋਣਾ ਸੈਂਟੀਮੀਟਰ ਸਕਰ ਹੋ ਗਿਆ ਉਹ ਵੀ ਸੈਂਟੀਮੀਟਰ ਸਕਰ ਡਾਈਮੈਂਸ਼ਨਸ ਆਪਣੇ ਕੋਲ ਏ ਜੁਨਿਟ ਸੇਮ ਹੋ ਗਏ ਆਪਾਂ ਕੀ ਕਰਾਂਗੇ ਜਿੰਨਾ ਪੇਂਟ ਹੈ ਉਹ ਪੇਂਟ ਜਿੰਨਾ ਏਰੀਆ ਕਵਰ ਕਰ ਸਕਦਾ ਠੀਕ ਹੈ ਉਹਦੇ ਡਾਈਮੈਂਸ਼ਨਸ ਨੂੰ ਬਟਾ ਬ੍ਰਿਕਸ ਦੇ ਡਾਈਮੈਂਸ਼ਨ ਨਾਲ ਆਪਾਂ ਕੀ ਡਿਵਾਈਡ ਕਰ ਦਾਂਗੇ ਆਪਣੇ ਕੋਲ ਆਨਸਰ ਆ ਜਾਏਗਾ ਆਪ ਨੂੰ ਕੋ ਪੇਂਟ ਜਿਹੜਾ ਹੈਗਾ ਉਹ ਇੰਨੇ ਏਰੀਆ ਨੂੰ ਕੀ ਕਰ ਸਕਦਾ ਪੇਂਟ ਕਰ ਸਕਦਾ ਹੈ ਇਟਾਂ ਨੂੰ ਠੀਕ ਹੈ ਤਾਂ ਆਪਣੇ ਕੋਲ ਜੋ ਬ੍ਰਿਕਸ ਦਾ ਆਇਆ ਸੀ ਉਹ ਕਿੰਨਾ ਆਇਆ ਸੀ 937.5 ਸੀ ਨਾ ਇਹ ਜਿਹੜੇ ਜ਼ੀਰੋ ਸੀ ਨਾ 1 10 ਉੱਪਰ ਚਲੇ ਜੇ ਲੱਗ ਜੇਗਾ ਜਾ ਕੇ ਠੀਕ ਹੈ ਕੱਟ ਦਾਂਗੇ ਇਹਨੂੰ नंबर एन की वैल्यू कि आ गया हंडर्ड ठीक है अपने आंसर आ गया हंडर्ड ओके हंडर्ड अपना की आ जाएगा आंसर बस जो आपको पेंट भाई पेंट का एरिया दिता है भी पेंट इन्हें एरिए पेंट कर सकता है सफिशंट पेंट है इन एरिए ब्रिक्स का एरिया कौ फिर टोटल पेंट न, ब्रिक्स के एरिए डिवाइड करोंगे तो आंसर आ जाएगा बस कुछ नहीं करना ज्यादा इन अगर देखो केंद्र क्यूबिकल बॉक्स हैज ईच एज इज टेन सेंटीमीटर ठीक है क्यूबिकल बॉक्स जरा कि जोड़ा क्यूबिकल बॉक्स है वो अपने को टेन सेंटीमीटर है क्यूब क्यूब टाइप है ठीक तो है, 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 है तो एक किनारा दस सेंटीमीटर है अदर है क्यूबोडियल बॉक्स कि बारह पॉइंट पांच सेंटीमीटर लोंग है दस सेंटीमीटर वाइड है तो अट्ठ सेंटीमीटर उनकी हाइट है कहना विच बॉक्स हैज़ ग्रेटेस्ट इल्ट्रल इलेट्रल सर्फेस एरिया कहना है ਐਂਡ ਬਾਏ ਹਾਊ ਮਚ ਕਿੰਨਾ ਹੁਣ ਤੁਸੀਂ ਕੀ ਕਰੋਗੇ ਪਹਿਲਾਂ ਆਪਾਂ ਕੱਢਾਂਗੇ ਲੇਟਰਲ ਸਰਫੇਸ ਏਰੀਆ ਕਿੰਨਾ ਕੱਢਾਂਗੇ ਕਯੂਬਿਕਲ ਬਾਕਸ ਦਾ ਉਹ ਤਾਂ ਮੈਂ ਦੱਸਿਆ ਸੀ ਜੇਕਰ ਟੋਟਲ ਸਰਫੇਸ ਏਰੀਆ ਕਿੰਨਾ ਹੁੰਦਾ ਕਯੂਬਿਕਲ ਬਾਕਸ ਦਾ ਉਹਦੇ 6 ਫੇਸਿਸ ਹੁੰਦੇ ਨੇ 6 a ਦੀ ਸਕੁਅਰ ਹੁਣ ਕੀ ਹੈ ਲੇਟਰਲ ਕੱਢਣਾ ਹੈ ਸਾਈਡਾਂ ਵਾਲਾ ਕੱਢਣਾ ਲੇਟਰਲ ਕੱਢਣਾ ਇੱਕ ਬੇਸ ਨੂੰ ਇਗਨੋਰ ਕਰਨਾ ਹੁੰਦਾ ਉਹ ਕਿੰਨਾ ਹੁੰਦਾ 4a² ਹੁੰਦਾ ਠੀਕ ਹੈ ಬಸ್ ಇ ಸೋಲೋವೇಗ ಇನ್ಟು ಹಂಡ್ರಡರ್ಡ ಏಮೆ ಸೆಂಟಮಿಟ್ರೇಯರ್ ಸೇಟೀಮಿಟ್ರೇಯರ್ಜೆಗೊಕ್ಕೆ ಹಣ ಅಖೋ ಅಂದ್ರೆ ಹುಣ್ಯಾಟ್ರ ಸರ್ಫಸ್ ಏರಿಯ ಕಡ್ಡನ್ನ ಲೇಟ ਸਰਫੇਸ ਏਰੀਆ ਕਿਬੋਇਡ ਦਾ ਕਿੰਦਾ ਕਿਬੋਇਡ ਦਾ ਹੋਂਦਾ ਤਾਂ ਤੁਹਾਨੂੰ ਪਤਾ ਹੀ ਹੈ ਪਿਛਿਓਨੇ ਆ ਆਪਾਂ ਤਾਂ ਮੈਂ ਕੱਲ ਦੇ ਫਾਰਮੂਲੇ ਚ ਕਰਾਇਆ ਸੀ ਤੁਸੀਂ ਨੋਟ ਕਰ ਲਿਆ ਨਾ ਹੋਂਦਾ ਫਾਰਮੂਲਾ ਕਿੰਦਾ 2 ਲੈਟਰਲ ਦੇ ਵਿੱਚ ਆਪਾਂ ਕੀ ਕਰਨਾ ਹੈ ਲੈਂਥ ਤੇ ਹਾਈਟ ਲੈਣੀ ਹੁੰਦੀ ਹੈ ਇੱਕ ਪਰ ਤੇ ਹਾਈਟ ਲੈਣੀ ਹੈ ਠੀਕ ਹੈ ਫਿਰ ਕਿ ਕਿਉਂਕਿ ਇੱਕ ਨੀਚੇ ਵਾਲਾ ਬੇਸ ਹੋਂ ਦੇਖੋ ਨੀਚੇ ਵਾਲਾ ਬੇਸ ਹੈ ਨਾ ਨੀਚੇ ਵਾਲਾ ਜਿਹੜਾ بیس ਹੈ ਤੇ ਆ بیس ਦੀ ਹਾਈਟ ਤਾਂ ਹੁੰਦੀ ਨਹੀਂ ਬੇਜ ਦੀ ਕਿੰਨੀ ਲੈਂਥ ਹੁੰਦੀ ਤੇ ਬ੍ਰੈਥ ਹੁੰਦੀ ਆ ਪਰ ਲੈਂਥ ਤੇ ਬ੍ਰੈਥ ਤੀਸਰੀ ਲਈ ਨਹੀਂ ਬਸ ਇਹ ਤੁਸੀਂ ਧਿਆਨ ਰੱਟਾ ਨਹੀਂ ਮਾਰਨਾ ਹੁਣ ਦੇਖੋ ਉਹਨੇ ਕਿ ਨੀਚੇ ਵਾਲਾ بیس ਰਿਮੂਵ ਕਰਨਾ ਹੈ بیس ਦੀ ਆਪਣੇ ਕੋਲ ਲੈਂਥ ਤੇ ਬ੍ਰੈਥ ਨਹੀਂ ਹੁੰਦੀ ਆਪੋ ਤੀਸਰੀ ਲਈ ਨਹੀਂ ਠੀਕ ਹੈ ਬਸ ਹੁਣ ਆਪਾਂ ਕੀ ਕਰਾਂਗੇ ਇਹਨੂੰ 2 ਲੈਂਥ ਕਿੰਨੀ ਹੈ ਆਪਣੇ ਕੋਲ 12.5 ਠੀਕ ਹੈ ਇੰਟੂ ਐਚ ਕਿੰਨੀ ਹੈ 10 ਪਲੱਸ बी कि है एट एच कि टेन डिमेंशन आप फिल करती हैं ठीक है हम आप ट्वेल्व पॉइंट फाइव सॉरी एच कि अपने सी, से आप एच एट लवेंगे ठीक है एच कि लनी है एट एच अपने एट है ठीक है हूँ दो मल्टीप्लाई करा ठीक है टू बार पी बार ट्वेल पॉइंट ए फाइव इंटू एट आंसर कि आ जाएगा अपने को आप जे मल्टीप्लाई करा ट्वेलो पॉइंट फाइव न एट न कि आ जाएगा फोर्टी पॉइंट इतने लग गया फोर तो अठ सौ भी टू ते एट हंडर्ड आ जाएगा ठीक है कि आ जाएगा हंडर्ड प्लस टेन नो एट ना एटना ठीक है टू इंटू वन एटी कि थ्री हंड्रड सिक्सटी ठीक है सेंटीमीटर आ जाएगा स्केर हूँ देखो कि एरिया ज्यादा है कि एरिया ज्यादा है अपने क्यूब वाले का ज्यादा है वह आया से फोर हंडर्ड यह आया थ्री हंड्रड सिक्सटी ਕਿੰਨਾ ਜ਼ਿਆਦਾ 400 ਦੇ ਵਿੱਚੋਂ 300 ਮਾਈਨਸ ਕਰਦੇ 40 ਸੈਂਟੀਮੀਟਰ ਜ਼ਿਆਦਾ ਆ ਜਾਏਗਾ ਸਕਰ 40 ਸੈਂਟੀਮੀਟਰ ਸਕਰ 4 ਨੰਬਰ ਆਪਸ਼ਨ ਹੁਣ ਠੀਕ ਹੈ ਬਸ ਹੁੰਦਾ ਇਹ ਫਾਰਮੂਲੇ ਆ ਦੇ ਵਿੱਚ ਹੈ ਕਿ ਬਿਲਹਿੰਦਾ ਸੋ ਫਾਰਮੂਲੇ ਲੱਗੇ ਹੈ ਫਾਰਮੂਲੇ ਲੱਗੇ ਤੇ ਤੁਸੀਂ ਕੀ ਕਰਨਾ ਹੈ ਬਸ ਇਹਦਾ ਇਹਨੂੰ ਕੈਲਕੂਲੇਸ਼ਨ ਕਰਨੀ ਹੈ ਕੈਲਕੂਲੇਸ਼ਨ ਤੁਹਾਨੂੰ ਆਪ ਨੂੰ ਕਰਨੀ ਪੈਣੀ ਠੀਕ ਹੈ ਹੁਣ ਆ ਦੇਖੋ ਅੱਗੇ ਵਾਲਾ ਸਵਾਲ ਕਹਿੰਦਾ 2 ਕਯੂਬਸ ਹੈਗੇ ਆ ਈਚ ਆਫ ਦਾ ਵੋਲੀਅਮ ਇਜ਼ 64 ਸੈਂਟੀਮੀਟਰ ਕਯੂ ਦੋ ਕਯੂਬ ਦਿੱਤੇ ਹਰ ਇੱਕ ਦਾ ਜਿਹੜਾ ਕਿ ਆਪਣੇ ਕੋਲ ਵੋਲੀਅਮ ਦਿੱਤਾ ਹੈ 64 ਸੈਂਟੀਮੀਟਰ ਕਯੂਬ ਆਰ ਜੁਆਇੰਡ ਐਂਡ ਟੂ ਐਂਡ ਦੇਖੋ ਐਵੇਂ ਦੇ ਦੋ ਕਯੂਬ ਹੈ ਆਪਣੇ ਕੋਲ ਤਾਂ ਬਣਾ ਕੇ ਦਿਖਾਣਾ ਠੀਕ ਹੈ ਇੱਕ ਹੋਰ ਨਾਲ ਲੱਗਿਆ ਹੈ ਕਯੂਬ ਐਸੇ ਤਰ੍ਹਾਂ ਦਾ ਹੀ ਠੀਕ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਕਯੂਬ ਲੱਗਿਆ ਹੈ ਠੀਕ ਹੈ ਇਹ ਆਪਸ ਵਿੱਚ ਦੋਵੇਂ ਜੁੜੇ ਹੋਏ ਆ ਮਤਲਬ ਇਹ ਜੁੜੇ ਹੋਏ ਆ ਆਪਸ ਦੇ ਵਿੱਚ ਅਟੈਚ ਹੈ ਠੀਕ ਹੈ ਇਹਨਾਂ ਦੋਵਾਂ ਦਾ ਕੀ ਦਿੱਤਾ ਹੈ ਆਪਣੇ ਕੋਲ ਦੋਨੋਂ ਕਯੂਬ ਦਾ ਵੋਲੀਅਮ ਦਿੱਤਾ ਹੈ ਜਦੋਂ ਆਪਾਂ ਦੋਨੋਂ ਕਯੂਬ ਦਾ ਵੋਲੀਅਮ ਦਿੱਤਾ ਹੈ ਤੇ ਆਪਾਂ ਇਹਦਾ ਇੱਕ ਨਇ ਐਜ ਕੱਢ ਲਾਂਗੇ ਆਹ ਲਾਈਨ ਕਿਉਂਕਿ ਕਯੂਬ ਦੀਆਂ ਜਿਹੜੀਆਂ ਕਿ ਸਾਰੀਆਂ ਸਾਈਡ ਕਿੰ ਦੇ ਇਕੁਅਲ ਹੁੰਦੀਆਂ ਨਾ ਏ ਏ ਹੁੰਦੀਆਂ ਇਹਦੀ ਆਪਾਂ ਸਾਈਡ ਕੱਢ ਲਾਂਗੇ ਇੱਥੋਂ ਸਾਈਡ ਕੱਢ ਸਕਦੇ ਨਾ ਠੀਕ ਹੈ ਤੇ ਆਪਾਂ ਫਿਰ ਕੀ ਕਰਾਂਗੇ ਵੋਲੀਅਮ ਆਫ ਕਯੂਬ ਹੁੰਦਾ ਕੀ ਆਪਣੇ ਕੋਲ ਵੋਲੀਅਮ ਆਫ ਕਯੂਬ ਹੁੰਦਾ ਕੀ ਹੈ ਵੋਲੀਅਮ ਆਫ ਕਯੂਬ ਕਿੰਨਾ ਹੁੰਦਾ ਹੈ a ਦੀ 3 ਹੁੰਦਾ ਹੈ ਇਟ ਮੀਨਸ ਆਪਣੇ ਕੋਲ a ਦੀ 3 ਦੀ ਵੈਲਿਊ ਦਿੱਤੀ ਹੈ 64 ਠੀਕ ਹੈ a ਦੀ 3 ਦੀ ਵੈਲਿਊ ਕੀ ਦਿੱਤੀ ਹੈ 64 ਤੇ ਇਹਨੂੰ ਆਪਾਂ ਲਿਖ ਸਕਦੇ ਆਂ ਆਪੇ √ ਦੇ ਵਿੱਚ ਬਾ 3 ਤੇ a ਦੀ ਵੈਲਿਊ ਕਿੰਨੀ ਆ ਜੇਗੀ 4 ਆ ਜੇਗੀ ਹੁਣ ਆਪਣੇ ਕੋਲ ਸਾਈਡ ਆ ਗਈ 4 4 ਸੈਂਟੀਮੀਟਰ ਆ ਗਈ ਸਾਈਡ 4 ਸੈਂਟੀਮੀਟਰ ਕੀ ਆ ਗਈ ਸਾਈਡ ਆ ਗਈ ਹੁਣ ਆਪਾਂ ਉਹ ਕੀ ਕਹਿੰਦਾ ਜਦੋਂ ਇਹ ਕਹਿੰਦਾ ਜੋਇਨ ਐਂਡ ਟੂ ਐਂਡ ਜੋਇਨ ਕਿਤੇ ਫਾਈਂਡ ਦਾ ਸਰਫੇਸ ਏਰੀਆ ਰਿਜ਼ਲਟਿੰਗ ਕਬੋਇਡ ਹੁਣ ਦੇਖੋ ਆ ਸਾਰਾ ਕੀ ਬਣ ਗਿਆ ਆਪਣੇ ਕੋਲ ਇੱਕ ਕਬੋਇਡ ਬਣ ਗਿਆ ਠੀਕ ਹੈ ਜਿੰਦੀ ਕੀ ਆ ਸਾਈਡ 4 ਸੀ ਆ ਵੀ 4 ਸੀ ਮੰਨ ਲਓ ਲੈਂਥ ਆਪਣੇ ਕੋਲ ਇਹਦੀ ਹੋ ਗਈ 8 ਹੋ ਗਈ ਲੈਂਥ ਕੀ ਹੋ ਗਈ 8 ਹੋ ਗਈ ਠੀਕ ਹੈ ਤੇ ਉਹਦੀ ਬ੍ਰੈਥ ਆ ਜਿਹੜੀ ਸਾਈਡ ਵਾਲੀ ਜਿਹੜੀ ਚੁੜਾਈ ਸੀ ਉਹ ਤਾਂ ਸੇਮ ਹੀ ਰਹਿਣੀ ਹੈ b 4 ਜਿਹੜੀ ਆ ਹਾਈਟ ਹੈ ਆ ਦੇਖੋ ਆ ਜਿਹੜੀ ਹਾਈਟ ਇਹ ਵੀ ਚਾਰ ਸੇਮ ਰਹੇਗੀ ਆ ਗਈਆਂ ਹੁਣ ਫਾਰਮੂਲਾ ਆਪਾਂ ਕਿਹੜਾ ਲਾਉਣਾ ਹੈ ਸਰਫੇਸ ਏਰੀਆ ਆਫ ਕਬੋਇਡ ਆਲਾ ਠੀਕ ਹੈ ਸਰਫੇਸ ਏਰੀਆ ਕਬੋਇਡ ਕੀ ਹੁੰਦਾ 2 LB BH HL ਠੀਕ ਹੈ ਤੇ ਆਪਾਂ ਲਾ ਦੋ 2 LB ਕਿੰਨਾ L B ਆਪਾਂ ਕਰਾਂਗੇ 8 4 प्लस चार इन चार करा ठीक है हाइट के ब्रैथ ठीक है हाइट कि चार प्लस अठ फिर उ ठीक है टू ए, एट फोर जा थर्टी टू ठीक है प्लस फोर फोर जा सिक्सटीन प्लस थर्टी टू ठीक है हम आपकी जो इन सारे न जोड़ के करा तो इन आंसर आ जाएगा वन हंड्रड सिक्सटीन ਸੈਂਟੀਮੀਟਰ ਦਾ ਸਕਰ ਠੀਕ ਹੈ 160 74 ਨੰਬਰ ਆਪਣੇ ਕੀ ਹੋ ਗਿਆ 4 ਤੇ 1 ਦੋਨੋਂ ਆਪਸ਼ਨ ਸੇਮ ਹੈ ਠੀਕ ਹੈ ਆਪਣੇ ਕੋਲ ਇਹਦਾ ਆਨਸਰ ਆ ਜਾਏਗਾ ਠੀਕ ਹੈ ਬਸ ਕਿ ਲਾਣਾ ਬਿਲੋਂ ਦੀ ਇੱਕ ਸਾਈਡ ਕੱਟ ਲੈਣੀ ਹੈ ਜਦੋਂ ਵੋਲੀਅਮ ਦਿੱਤਾ ਹੈ ਤੇ ਇੱਕ ਸਾਈਡ ਆ ਜੀ ਜਦੋਂ ਇਹ ਦੋਨੋਂ ਜੁੜ ਗਈ ਆਪਸ ਚ ਨੀਚੇ ਵਾਲੀ ਲੈਂਥ ਵੱਧ ਜੇਗੀ ਇਹਨਾਂ ਜੋ 8 ਵੱਜੇਗੀ ਬਾਕੀ ਹਾਈਟ ਵੀ ਤੇ ਬ੍ਰੈਥ ਸੇਮ ਰਹਿਣਗੀ ਤਾਂ ਆਪਾਂ ਕੀ ਲਾਵਾਂਗੇ ਸਰਫੇਸ ਏਰੀਆ ਕੋਬੋਇਡੇ ਲਾ ਦਾਂਗੇ ਆਪਣਾ ਆਨਸਰ ਆ ਜਾਏਗਾ ਠੀਕ ਹੈ ਹੁਣ ਆ ਦੇਖੋ ਇਹ ਟੋਏ ਇਜ਼ ਦਾ ਫਾਰਮ ਆਫ ਦਾ ਕੋਨ 6835 ਦਾ ਆਪਣੇ ਕੋਲ 6835 ਦੇ ਵਿੱਚ ਆ ਸਮ ਆਇਆ ਸੀ ਆਪਣੇ ਕੋਲ ਠੀਕ ਹੈ ਇਹ 6835 ਦਾ ਸਮ ਹੈਗਾ ਇਹ ਟੋਏ ਇਜ਼ ਇਨ ਦਾ ਫਾਰਮ ਆਫ ਦਾ ਕੋਨ ਆਫ ਰੇਡੀਅਸ 3.5 ਸੈਂਟੀਮੀਟਰ ਮਾਉਂਟੇਨ ਓਨ ਅ ਹੈਮਿਸਫੀਅਰ ਆਫ ਸੇਮ ਰੇਡੀਅਸ ਠੀਕ ਹੈ ਹੁਣ ਉਹ ਕੀ ਕਹਿੰਦਾ ਆਪਣੇ ਕੋਲ ਕਹਿੰਦਾ ਇੱਕ ਟੋਏ ਹੈਗਾ ਇਜ਼ ਇਨ ਫਾਰਮ ਆਫ ਦਾ ਕੋਨ ਇਹ ਦੇਖੋ ਐਸ ਟਾਈਪ ਦਾ ਬਣਿਆ ਹੈ ਕੋਨ ਟਾਈਪ ਆਪਨੇ ਕੋਨ ਹੁੰਦਾ ਨਾ ਠੀਕ ਹੈ ਜਿੰਦਾ ਰੇਡੀਅਸ ਆਪਾਂ ਦਿੱਤਾ ਹੈ ਆਰ ਦਿੱਤਾ ਹੈ ਰੇਡੀਅਸ 3.5 ਸੈਂਟੀਮੀਟਰ ਠੀਕ ਹੈ ਕਿੰਨਾ ਮਾਉਂਟ ਉਹਨੇ ਹੈਮਿਸਫੀਅਰ ਆਫ ਦਾ ਸੇਮ ਰੇ ਇੰਦੇ ਉੱਪਰ ਇੱਕ ਨਾ ਮਾਉਂਟ ਮੈਨੂੰ ਜੜਿਆ ਗਿਆ ਉਹਨੂੰ ਜੜਨਾ ਹੁੰਦਾ ਹੈ ਇੱਕ ਹੈਮਿਸਫੀਅਰ ਇਸ ਟਾਈਪ ਦਾ ਜਿੰਦਾ ਵੀ ਰੇਡੀਅਸ ਕਿੰਨਾ 3.5 ਸੈਂਟੀਮੀਟਰ ਹੈ ਠੀਕ ਹੈ उधर से टोटल हाइट ऑफ द टॉय इज़ जी टॉय की टोटल हाइट है ना इतों लेके अपने को मतलब आ टोटल हाइट जोड़ दी हुई है ये दी है अपने को पंद्रह पॉइंट पोवाइंट सेंटीमीटर ठीक है पंद्रह पॉइंट पं सेंटीमीटर इनकी टोटल हाइट हैगी है ठीक है फाइंड द टोटल सरफेस एरिया ऑफ टोए आ टॉय द ਆਪਾਂ ਟੋਟਲ ਸਰਫੇਸ ਏਰੀਆ ਕੱਢਣਾ ਇਨਕਲੂਡ ਹੋਣੇ ਦੋ ਚੀਜ਼ਾਂ ਇੱਕ ਤਾਂ ਕੋਨ ਹੈ ਠੀਕ ਹੈ ਇੱਕ ਇਹਦੇ ਹੈਮਿਸਫੇਅਰ ਹੈ ਅਜਾ ਟੋਟਲ ਸਰਫੇਸ ਏਰੀਆ ਕੱਢਣਾ ਆਪਾਂ ਕੀ ਕਰਾਂਗੇ ਪਹਿਲਾਂ ਟੋਟਲ ਸਰਫੇਸ ਏਰੀਆ ਆਫ ਕੋਨ ਕੱਢ ਲਾਂਗੇ ਫਿਰ ਟੋਟਲ ਸਰਫੇਸ ਏਰੀਆ ਆਫ ਹੈਮਿਸਫੇਅਰ ਕੱਢ ਲਾਂਗੇ ਦੋਵਾਂ ਨੂੰ ਜੋੜ ਦਾਂਗੇ ਆਪਣਾ ਆਨਸਰ ਆ ਜਾਏਗਾ ਠੀਕ ਹੈ ਹੁਣ ਦੇਖੋ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਟੋਟਲ ਸਰਫੇਸ ਏਰੀਆ ਹੁੰਦਾ ਕੀ ਹੈ ਇਹਦਾ ਕੋਨ ਦਾ ਕੋਨਿਕਲ ਪਾਰਟ ਦਾ ਠੀਕ ਹੈ ਇਤੇ ਦੂਏ ਟੋਟਲ ਸਰਫੇਸ ਏਰੀਆ ਆਫ ਅ ਆਪਣੇ ਕੋਲ ਹ semisphere ਦਾ ਕੀ ਹੁੰਦਾ ਠੀਕ ਹੈ ਦੋਨੋਂ ਚੀਜ਼ਾਂ ਕਰਨੀਆਂ ਹਨ ਹੁਣ ਕਰਾਂਗੇ ਦੇਖੋ ਪਹਿਲਾਂ ਰੇਡੀਅਸ ਦਿੱਤਾ 3.1 ਸੈਂਟੀਮੀਟਰ ਟੋਟਲ ਹਾਈਟ ਕਿੰਨੀ ਹੈ 5.5 ਸੈਂਟੀਮੀਟਰ ਹੁਣ ਦੇਖੋ ਕੋਨਿਕਲ ਪਾਰਟ ਦੀ ਹਾਈਟ ਆ ਜਿਹੜਾ ਕੋਨਿਕਲ ਪਾਰਟ ਹੈਗਾ ਨਾ ਤੁਹਾਨੂੰ ਮੈਂ ਦੱਸਦਾ ਆ ਜਿਹੜਾ ਕੋਨਿਕਲ ਪਾਰਟ ਹੈਗਾ ਇਹਦੀ ਹਾਈਟ ਕਿੰਨੀ ਹੈ ਇਹ ਆਪਾਂ ਪਤਾ ਕਰਨੀ ਹੈ ਪਿਲਾਈ ਕਰਨੀ ਕਿਉਂਕਿ ਇਨੀ ਟੋਟਲ ਹਾਈਟ ਸਾਰੇ ਹੁਣ ਦੇਖੋ ਇੰਦਾ ਰੇਡੀਅਸ ਕਿੰਨਾ 3.5 ਜੇ 3.5 ਰੇਡੀਅਸ ਇੱਧਰ ਵੀ ਹੈ ਤੇ ਇੱਧਰ ਵੀ 3.5 ਮੈਨੂੰ ਆਹ 3.5 ਆਪਾਂ 15.5 ਦੇ ਵਿੱਚੋਂ ਮਾਈਨਸ ਕਰਾਂਗੇ ਤੇ ਆਪਣੇ ਕੋਲ ਹਾਈਟ ਆ ਜਾਏਗੀ ਕੋਣ ਦੀ ਹਾਈਟ ਠੀਕ ਹੈ ਕੋਣ ਦੀ ਹਾਈਟ ਕੱਢਾਂਗੇ ਆਪਾਂ ਕਿੰਦੇ ਕੋਲੋਂ 15.5 ਦੇ ਵਿੱਚੋਂ ਮਾਈਨਸ ਕਰ ਦਾਂਗੇ 3.5 ਠੀਕ ਹੈ ਤੇ ਆਪਣੇ ਕੋਲ ਕੋਣ ਦੀ ਹਾਈਟ ਆ ਜਾਏਗੀ ਕੋਨਿਕਲ ਪਾਰਟ ਦੀ ਕਿੰਨੀ 12 ਹੁਣ ਆਪਾਂ ਨੂੰ ਦੇਖੋ ਆਪਾਂ ਨੂੰ ਪਤਾ ਹੈ ਕਿ ਆ ਬਾਹਰ ਲਾਣਾ ਆਪਾਂ ਕਵਰਡ ਸਰਫੇਸ ਏਰੀਆ ਫਾਈਂਡ ਕਰਨਾ ਟੋਟਲ ਇਨ ਦਾ ਕਵਰਡ ਜੇ ਕਵਰਡ ਤੁਹਾਨੂੰ ਕੋਈ ਜਿੰਨੇ ਕਵਰਡ ਕੀਤਾ ਟੋਟਲ ਹੁੰਦਾ ਹੈ ਕਿ ਅੰਦਰ ਥੱਲੇ ਵਾਲਾ ਵੀ ਲੈਣਾ ਹੁੰਦਾ ਬਟ ਆ ਜਿਹੜਾ ਕਵਰਡ ਸਰਫੇਸ ਏਰੀਆ ਦਾ ਫਾਰਮੂਲਾ ਆਪਾਂ ਨੂੰ ਪਤਾ ਪਾਈ ਆਰ ਐਲ ਹੁੰਦਾ ਕਿੰਦਾ ਪਾਈ ਆਰ ਐਲ ਬਟ ਆਪਨੇ ਕੋਲ ਐਲ ਦਿੱਤੀ ਨਹੀਂ ਐਲ ਕੱਢਣ ਦਾ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਸੀ ਕਿ ਐਚ ਸਕੁਅਰ ਪਲੱਸ ਆਰ ਸਕੁਅਰ ठीक है एल इजल टू एच स्केयर कि आ जाएगी अपने एच कि आ गई बारह नर आपने कि है तीन पॉइंट पंच तीन पॉइंट पीती है ठीक है हम एल क ट्वेल्व टू ट्वेल्व ना करा वन फोर्टी फोर ठीक है तो थ्री पॉइंट फाइव इंटू थ्री पॉइंट फाइव करा कि आ जाएगा स्केला 12.25 ਆ ਜਾਏਗਾ ਠੀਕ ਹੈ ਤੇ ਇਹਨੂੰ ਸਾਰੇ ਨੂੰ ਆਪਾਂ ਜੋੜਾਂਗੇ ਤੇ ਆ ਜਾਏਗਾ ਆਪਣੇ ਕੋਲ 1 25 ਠੀਕ ਹੈ ਹੁਣ ਐਲ ਕੱਢਣੀ ਐਲ ਨੂੰ ਰੂਟ ਤੋਂ ਬਾਅਦ ਤੁਹਾਨੂੰ ਲੌਂਗ ਡਿਵੀਜ਼ਨ ਮੈਥਡ ਆਂਦਾ ਜੇ ਆਪਾਂ ਛੋਟਿਆਂ ਕੋਲ ਲੌਂਗ ਡਿਵੀਜ਼ਨ ਮੈਥਡ ਵਾਲੀ ਨੂੰ ਆਪਾਂ ਕੀ ਕਰ ਲਾਂਗੇ ਨਾ ਆਪਾਂ ਸਕੁਅਰ ਇਹਨੂੰ ਆਪਾਂ ਐਲ ਨੂੰ ਐਲ ਦੀ ਵੈਲਿਊ ਕਰ ਲਾਂਗੇ ਰੂਟ ਤੋਂ ਬਾਹਰ ਕੱਢ ਲਾਂਗੇ ਠੀਕ ਹੈ ਇਹਦਾ ਆਨਸਰ ਆ ਜਾਏਗਾ 12 ठीक है इना को तुम करना पैना फाइव सेंटीमीटर अपने को आ गई एल आ गई हूँ टोटल सरफेस एरिया ऑफ टोय कड़ना ना टोटल सरफेस एरिया ऑफ टोटल सरफेस एरिया ऑफ टोय ठीक है ये करने कवर्ड सरफेस एरिया ऑफ कवर्ड सरफेस एरिया ऑफ़ हैमीसफेयर द प्लस कवर्ड सरफेस एरिया ऑफ कौन दोनों का ऐड करना पैना ठीक है कवर्ड सरफेस एरिया ऑफ हैमीस्फेर क्या टू पाई आर स्केयर टू पाई आर स्केयर पाई आर सारा फॉर्मूले का गेम इन आप जो बहर क्डा पाई भी बहर आ जाएगा आर भी बहार आ जाएगा ठीक है पाई आर कॉमन आ गया बेची रह गया टू <coughs> आर प्लस एल ठीक है बी बटा सत्त पाई वैल्यू इंटू थ्री पॉइंट फाइव टू इंटू थ्री पॉइंट फाइव प्लस फाइव ठीक है इन सारे सोलव करा तो इधर कर आ जाएगा 11 9.90.5 ਠੀਕ ਹੈ ਤੇ ਸੋਲਵ ਕਰਕੇ ਆ ਜੀਗਾ 214.5 ਸੈਂਟੀਮੀਟਰ ਦਾ ਸਕਰ ਠੀਕ ਹੈ ਤੇ ਇਹ ਆਪਣਾ ਅਨਸਰ ਹੋ ਜੇਗਾ 214 ਥੇ ਨੰਬਰ ਆਪਸ਼ਨ ਠੀਕ ਹੈ ਸਾਰਾ ਉਹਨੇ ਕਿਹਾ ਸੀ ਏਜ 635 ਦੇ ਵਿੱਚ ਆਇਆ ਹੋਇਆ ਹੈ ਸਮ ਹੈ ਠੀਕ ਹੈ ਇਹ ਤੁਸੀਂ ਉਹਨ ਦੇਖੋ ਕਿਵੇਂ ਇਹਨੂੰ ਜਲਦੀ ਸੋਲਵ ਕਰ ਸਕਦੇ ਆ ਤਰਮਨ ਤਰੀਕਾ ਦੱਸਦਾ ਠੀਕ ਹੈ ਹੁਣ ਆਪਣੇ ਕੋਲ ਦੇਖੋ ਕੋਨਿਕਲ ਪਾਰਟ ਪੂਰਾ ਦਿੱਤਾ ਹੋਇਆ ਸੀ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਪਹਿਲਾਂ ਆਪਾਂ ਕੋਣ ਦਾ ਕੱਢਣਾ ਠੀਕ ਹੈ ਤੇ ਫਿਰ ਐਮ ਇਸ ਫਿਰ ਦੋਨੋਂ ਨੂੰ ਜੋੜ ਕੇ ਬਾਟ ਆਪ ਨੂੰ ਪਤਾ ਹੈ ਕਿ ਕੋਣ ਦੇ ਵਿੱਚ ਆਪਾਂ ਨੂੰ ਲੈਟਰਲ ਹਾਈਟ ਚਾਹੀਦੀ ਹੈ ਇਸੇ ਕਰਕੇ ਆਪਾਂ ਐਲ ਵੀ ਕੱਢਣੀ ਪੈਣੀ ਹੈ ਐਲ ਕੱਢ ਕੇ ਨੂੰ ਸੋਲਵ ਕਰਨਾ ਪੈਣਾ ਠੀਕ ਹੈ ਸੋਲਵ ਕਰਕੇ ਆਪਣਾ ਆਨਸਰ ਆ ਜਾਏ ਠੀਕ ਹੈ ਇਹ ਥੋੜੀ ਲੈਂਥੀ ਸਮ ਹੁੰਦੇ ਬਾਟੇ ਇੰਪੋਰਟੈਂਟ ਹੈ ਦੋ ਸਮ ਜ਼ਰੂਰ ਆਣੇ ਐਗਜ਼ਾਮ ਦੇ ਵਿੱਚ ਠੀਕ ਹੈ ਇਹ ਸਾਰੇ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਥੈਂਕ ਯੂ ਫਾਰ ਵਾਚਿੰਗ ਦਾ ਵੀਡੀਓ ਕੱਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸੋ ਚੈਨਲ ਨਾਲ ਬਣੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਨਾ ਥੈਂਕ ਯੂ ਗੋਡ ਬਲੈਸ